ਪ੍ਰੋਗਰਾਮ ਬਿਜ਼ਨਸ ਆਫ ਦ ਵੀਕ ਵਿੱਚ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਲਿਕਰ ਦੇ ਇੰਡੀਅਨ ਬ੍ਰਾਂਡ ਨੂੰ ਇੰਟਰਨੈਸ਼ਨਲ ਮਾਰਕੀਟ ਵਿੱਚ ਪ੍ਰਮੋਟ ਕਰਨ ਵਾਲੀ ਕੰਪਨੀ SG ਵਰਲਡਵਾਈਡ ਦੀ ਸਕਸੈਸ ਸਟੋਰੀ, ਜਿਸ ਨੇ ਰੈਡੀਕੋ ਖੈਤਾਨ ਦੀ ਰਾਮਪੁਰ ਸਿੰਗਲ ਮਾਲਟ ਨੂੰ ਅਮੈਰੀਕਾ ਕੈਨੇਡਾ ਵਿੱਚ ਪਾਪੂਲਰ ਬਣਾਉਣ ਤੋਂ ਬਾਅਦ ਹੁਣ ਨਵੇਂ ਬ੍ਰਾਂਡ ਜੈਸਲਮੇਰ ਇੰਡੀਅਨ ਕ੍ਰਾਫਟ ਜਿਨ ਨੂੰ ਲਾਂਚ ਕੀਤਾ ਹੈ। ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਵਾਗਤ ਕਰਦਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਬਿਜ਼ਨਸ ਆਫ ਦ ਵੀਕ। ਵੈਸੇ ਤਾਂ ਕਈ ਕਿੰਗ ਹੁੰਦੇ ਹਨ, ਭਾਵੇਂ ਉਹ ਰੋਇਲ ਕਿੰਗ ਹੋਵੇ, ਭਾਵੇਂ ਉਹ ਕਿਸੇ ਵੀ ਵਿਰਾਸਤ ਦਾ ਕਿੰਗ ਹੋਵੇ, ਲੇਕਿਨ ਅੱਜ ਜਿਸ ਹਸਤੀ ਦੇ ਨਾਲ ਮੈਂ ਤੁਹਾਨੂੰ ਮੁਖਾਤਿਬ ਕਰਾਉਣ ਜਾ ਰਿਹਾ ਉਹ ਹੈ ਨਿਊ ਜਰਸੀ ਦਾ ਲੀਕਰ ਕਿੰਗ। ਤੁਹਾਨੂੰ ਮੁਲਾਕਾਤ ਕਰਾਉਂਦੇ ਹਾਂ ਇਸ ਸਫ਼ਰ ਦੇ ਵਿੱਚ ਸਾਡੇ ਹਰਦਿਲ ਅਜ਼ੀਜ਼ ਬੋਬੀ ਜੀ ਦੇ ਨਾਲ, ਜੋ ਕਿ ਹਨ ਨਿਊ ਜਰਸੀ ਦੇ ਲੀਕਰ ਕਿੰਗ। ਅਤੇ ਸਾਰੇ ਦਰਸ਼ਕਾਂ ਦਾ ਮੈਂ ਕਰਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ, ਜਿਸ ਵਿੱਚ ਅਸੀਂ ਤੁਹਾਨੂੰ ਅੱਜ ਮਿਲਾਵਾਂਗੇ ਨਿਊ ਜਰਸੀ ਦੇ ਲੀਕਰ ਕਿੰਗ ਦੇ ਨਾਲ, ਜਿਨ੍ਹਾਂ ਦਾ ਨਾਂ ਹੈ ਬੋਬੀ। ਅਤੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ, ਜੋ ਲਲਕਾਰੇ ਆਪਾਂ ਮਾਰਨੇ ਆ ਦੋ ਪੈਗ ਲਾਉਣ ਤੋਂ ਬਾਅਦ, ਕਿਉਂਕਿ ਆਪਾਂ ਪੈਗ ਦੇ ਉੱਤੇ ਕਈ ਗਾਣੇ ਵੀ ਸੁਣੇ ਹਨ, ਤਿੰਨ ਪੈਗ ਹੋ ਗਿਆ, ਚਾਰ ਬੋਤਲ ਵੋਡਕਾ ਹੋ ਗਈ, ਲੇਕਿਨ ਜਦ ਆਪਣਾ ਬ੍ਰਾਂਡ ਇਸ ਧਰਤੀ ਦੇ ਉੱਤੇ ਲਾਂਚ ਹੁੰਦਾ ਤਾਂ ਆਪਣਾ ਮਨ ਆਪਣੇ ਆਪ ਹੀ ਖੁਸ਼ ਹੁੰਦਾ। ਅਜਿਹਾ ਕੁਛ ਕਰਨ ਜਾ ਰਹੇ ਹਨ ਬੋਬੀ ਭਾਅ ਜੀ, ਕਿਉਂਕਿ ਇਹਨਾਂ ਨੇ ਇੱਕ ਬ੍ਰਾਂਡ ਆਪਣਾ ਖੁਦ ਯਾਨੀ ਕਿ ਭਾਰਤ ਤੋਂ ਲਿਆਂਦਾ ਇਸ ਧਰਤੀ ਦੇ ਉੱਤੇ। ਤੁਸੀਂ ਕਈ ਅਮਰੀਕਨ ਬ੍ਰਾਂਡ ਜਿਹੜੇ ਨੇ ਉਹਨੂੰ ਪੀ ਕੇ ਲਲਕਾਰੇ ਮਾਰੇ ਹੋਣਗੇ, ਜਦ ਤੁਸੀਂ ਆਪਣਾ ਬ੍ਰਾਂਡ ਪੀਓਗੇ ਤਾਂ ਮੈਨੂੰ ਲੱਗਦਾ ਲਲਕਾਰੇ ਹੋਰ ਵੀ ਤੇਜ਼ ਜਾਣਗੇ। ਅੱਜ ਉਹ ਕਿਹੜੇ ਕਿਹੜੇ ਬ੍ਰਾਂਡ ਨੇ ਜੋ ਕਿ ਭਾਅ ਜੀ ਇਸ ਧਰਤੀ ਦੇ ਉੱਤੇ ਲੈ ਕੇ ਆ ਰਹੇ ਨੇ? ਇਹਨਾਂ ਨੇ ਮਿਰਾਜ ਨਿਊ ਜਰਸੀ ਦੇ ਵਿੱਚ ਲਾਂਚ ਪਾਰਟੀ ਰੱਖੀ ਹੈ। ਇਸ ਲਾਂਚ ਪਾਰਟੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹ ਬ੍ਰਾਂਡ ਜੋ ਕੀਤੇ ਹਨ ਭਾਅ ਜੀ ਨੇ ਲਾਂਚ। ਕਹਿੰਦੇ ਬਿਜ਼ਨਸ ਤਾਂ ਹਰ ਕੋਈ ਕਰਦਾ, ਲੇਕਿਨ ਸੁਪਨਾ ਤਾਂ ਪੂਰਾ ਹੁੰਦਾ ਜਦ ਕੋਈ ਸਾਥ ਦਿੰਦਾ। ਅਤੇ ਬੋਬੀ ਭਾਅ ਜੀ ਦੇ ਨਾਲ ਜਿਨ੍ਹਾਂ ਨੇ ਕੰਧੇ ਦੇ ਨਾਲ ਕੰਧਾ ਮਿਲਾਇਆ ਹੋਇਆ, ਹੱਥ ਦੇ ਨਾਲ ਹੱਥ ਮਿਲਾਇਆ ਹੋਇਆ, ਸ਼ਮਸ਼ੇਰ ਭਾਅ ਜੀ ਵੀ ਮੇਰੇ ਨਾਲ ਇਸ ਟਾਈਮ ਮੁਖਾਤਿਬ ਨੇ। ਲੀਕਰ ਕਿੰਗ ਇਸ ਨਿਊ ਜਰਸੀ ਦੇ ਬੋਬੀ ਭਾਅ ਜੀ ਨਾਲ ਮੈਂ ਮਿਲਵਾਇਆ, ਅਤੇ ਦੂਜੇ ਉਹਨਾਂ ਦੇ ਆੜੀ, ਉਹਨਾਂ ਦੇ ਸਾਥੀ ਸ਼ਮਸ਼ੇਰ ਭਾਅ ਜੀ ਵੀ ਨਾਲ ਨੇ। ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਵਾਂ ਦੀ ਸਕਸੈਸ ਸਟੋਰੀ, ਕਿ ਕਿਵੇਂ ਇਹ ਇੰਡੀਅਨ ਬ੍ਰਾਂਡ ਜਿਹੜਾ ਹੁਣ ਇੰਡੀਆ ਤੋਂ ਲਿਆਂਦਾ ਗਿਆ ਉਹਨੂੰ ਇੰਟਰਨੈਸ਼ਨਲ ਬ੍ਰਾਂਡ ਬਣਾਉਣਗੇ। ਉਹ ਹੈ ਜੈਸਲਮੇਰ ਅਤੇ ਨਾਲ ਹੈਗਾ ਰਾਮਪੁਰ, ਜੋ ਕਿ ਹੈ ਸਿੰਗਲ ਮਾਲਟ, ਜੋ ਅੱਜ ਲਾਂਚ ਪਾਰਟੀ ਹੋਣ ਜਾ ਰਹੀ ਹੈ ਅੰਦਰ, ਉਹ ਹੈਗੀ ਹੈ ਜੀ ਜੈਸਲਮੇਰ। ਅਤੇ ਆ ਗਏ ਨੇ ਦੋ ਬ੍ਰਾਂਡ ਅਤੇ ਆ ਗਏ ਨੇ ਦੋ ਸ਼ੇਅਰ ਨਿਊ ਜਰਸੀ ਦੇ, ਜਿਹਨਾਂ ਨੂੰ ਆਪਾਂ ਕਹਿ ਰਹੇ ਹਾਂ ਇਸ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਕਿ ਲੀਕਰ ਕਿੰਗ। ਅਤੇ ਲਓ ਜੀ, ਸਾਡੇ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ। ਬੋਬੀ ਭਾਅ ਜੀ ਅਤੇ ਨਾਲ ਸ਼ਮਸ਼ੇਰ ਭਾਅ ਜੀ ਦੋਵੇਂ ਬੜੇ ਬਿਜ਼ੀ ਨੇ, ਲੇਕਿਨ ਬੋਬੀ ਭਾਅ ਜੀ ਦਾ ਸਾਥ ਬਖੂਬੀ ਨਿਭਾਉਂਦੇ ਹਨ, ਸ਼ਮਸ਼ੇਰ ਭਾਅ ਜੀ ਵੀ ਨਾਲ ਮੌਜੂਦ ਹਨ। ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿੰਨੇ ਕੁ ਅੱਜ ਭਾਅ ਜੀ ਐਕਸਾਈਟਿਡ ਹਨ। ਅਤੇ ਪਾਰਟੀ ਜਿਹੜੀ ਹੈ ਬੜੀ ਬਾਕਮਾਲ ਅਸਣ ਤੁਸੀਂ ਵੇਖ ਰਹੇ ਹੋ, ਹੱਥ ਦੇ ਵਿੱਚ ਇਹਨਾਂ ਨੇ ਜੈਸਲਮੇਰ ਦੀਆਂ ਜਿਹੜੀਆਂ ਦੋਨੋਂ ਇੰਡੀਅਨ ਕ੍ਰਾਫਟ ਜਿਨ, ਯਾਨੀ ਕਿ ਇੰਡੀਆ ਤੋਂ ਲਿਆਂਦੀ ਗਈ, ਜੈਸਲਮੇਰ ਤੋਂ ਲਿਆਂਦੀ ਗਈ, ਇਹ ਜਿਹੜੀ ਬ੍ਰਾਂਡ ਹੈਗਾ ਇਹ ਇੰਟਰਨੈਸ਼ਨਲ ਪੱਧਰ 'ਤੇ ਇਹਨਾਂ ਨੇ ਲਾਂਚ ਕੀਤਾ। ਅਤੇ ਹੁਣ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਕੈਨੇਡਾ, ਅਮੈਰੀਕਾ, UK, ਯੂਰੋਪ, ਇਸ ਧਰਤੀ ਦੇ ਉੱਤੇ ਵੀ ਤੁਸੀਂ ਇਹ ਬ੍ਰਾਂਡ ਵੇਖ ਸਕਦੇ ਹੋ, ਅਤੇ ਤੁਹਾਡਾ ਆਪਣਾ ਬ੍ਰਾਂਡ ਹੈ। ਟਰਾਈ ਕਰਕੇ ਵੇਖਣਾ, ਜੇਕਰ ਤੁਸੀਂ ਭਾਅ ਜੀ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਅਤੇ ਥੱਲੇ ਭਾਅ ਜੀ ਦਾ ਨੰਬਰ ਚੱਲ ਰਿਹਾ, ਉਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਜੇਕਰ ਤੁਹਾਨੂੰ ਡਿਸਟ੍ਰੀਬਿਊਸ਼ਨ ਚਾਹੀਦੀ ਹੈ ਉਹਦੇ ਲਈ ਵੀ ਤੁਸੀਂ ਭਾਅ ਜੀ ਨੂੰ ਸੰਪਰਕ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ। ਜਾਣਨ ਦੀ ਕੋਸ਼ਿਸ਼ ਕਰਾਂਗੇ ਬੋਬੀ ਭਾਅ ਜੀ ਦੀ ਅਤੇ ਨਾਲ ਉਹਨਾਂ ਦੇ ਸ਼ਮਸ਼ੇਰ ਭਾਅ ਜੀ ਦੀ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਸਕਸੈਸ ਸਟੋਰੀ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਲੀਕਰ ਕੁਈਨ ਲੀਕਰ ਕਿੰਗ ਬਾਰੇ ਕੀ ਕੁਛ ਕਹਿਣਾ ਚਾਹੁੰਦੀ ਹੈ। ਥੈਂਕ ਯੂ ਐਵਰੀਬਾਡੀ ਫੋਰ ਬੀਇੰਗ ਹੇਅਰ। ਆਈ ਐਮ ਸੋਰੀ ਆਈ ਕੈਨਟ ਸਪੀਕ ਪੰਜਾਬੀ, ਬਟ ਥੈਂਕ ਯੂ ਐਵਰੀਬਾਡੀ ਫੋਰ ਬੀਇੰਗ ਹੇਅਰ ਐਂਡ ਫੋਰ ਆਲ ਯੋਰ ਫੰਟੈਸਟਿਕ ਸਪੋਰਟ ਫੋਰ ਆਲ ਆਰ ਪ੍ਰੋਡਕਟਸ ਰਾਈਟ ਫਰੋਮ ਆਰ ਫਸਟ ਪ੍ਰੋਜੈਕਟ ਆਫ ਮੈਜਿਕ ਮੂਮੈਂਟਸ, ਰਾਮਪੁਰ, ਜੈਸਲਮੇਰ ਐਂਡ ਟੂਡੇ ਰਾਮਪੁਰ PX। ਵੀ ਰੀਅਲੀ ਐਪਰੀਸ਼ੀਏਟ ਐਵਰੀਬਾਡੀਜ ਬਿਗ ਸਪੋਰਟ ਐਂਡ ਥੈਂਕ ਯੂ ਫੋਰ ਐਵਰੀਬਾਡੀ ਟੂ ਬੀ ਹੇਅਰ। ਬੋਬੀ ਭਾਅ ਜੀ ਇਜ਼ ਅ ਲੀਕਰ ਕਿੰਗ ਆਫ ਨਿਊ ਜਰਸੀ ਐਂਡ ਵੀ ਜਸਟ ਵਾਂਟ ਹਿਮ ਦੈਟ ਹੀ ਸ਼ੁੱਡ ਬੀ ਲੀਕਰ ਕਿੰਗ ਵਰਲਡ ਵਾਈਡ ਨਾਓ।
ਔਰ ਉਸਕੇ ਫੋਰ ਦੈਟ ਉਹ ਉਹਨਾਂ ਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਲਈ ਹਮੇਸ਼ਾ ਸਪੋਰਟ ਰਹੇ ਹੋ ਸੋ ਵਟ ਯੂ ਹੈਵ ਟੂ ਸੇ ਫੋਰ ਯੋਰ ਹਸਬੈਂਡ ਹੀ ਇਜ਼ ਵੈਰੀ ਪੈਸ਼ਨੇਟ ਅਬਾਊਟ ਵਾਟ ਹੀ ਇਜ਼ ਡੂਇੰਗ ਇਟ ਇਜ਼ ਅ ਬਿਗ ਥਿੰਗ ਫੋਰ ਹਿਮ ਹੀ ਵਾਂਟਡ ਟੂ ਬ੍ਰਿੰਗ ਇੰਡੀਅਨ ਪ੍ਰੋਡਕਟਸ ਟੂ ਦ ਮੇਨ ਸਟ੍ਰੀਮ ਅਮੈਰੀਕਾ ਹੀ ਵਰਕਡ ਵੈਰੀ ਹਾਰਡ ਹੀ ਸਟਾਰਟਡ ਹਿਸ ਜਰਨੀ 4 years ago everybody said he is not going to get there but today we all are here talking about it I am very 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 proud of him and we have a very very long way to go but not without my friend and family over here with their support jive sanu sunita ji dass rahe ne ki agar bobby paaji america di dharti de utte aake success hoye han ta us de piche unna de family friends da bhi bahut vadda haath hega ਜਿਵੇਂ ਉਹਨਾਂ ਨੇ ਦੱਸਿਆ ਕਿ ਠੀਕ ਹੈ ਮੇਰਾ ਸਪੋਰਟ ਤਾਂ ਰਿਹਾ ਲੇਕਿਨ ਇਹਨਾਂ ਦੇ ਫਰੈਂਡਸ ਦਾ ਸਪੋਰਟ ਵੀ ਰਿਹਾ ਲੇਕਿਨ ਬੋਬੀ ਭਾਈ ਦਾ ਇੱਕ ਸੁਪਨਾ ਹੈ ਉਹ ਚਾਹੁੰਦੇ ਹਨ ਕਿ ਮੈਂ ਵਰਲਡ ਵਾਈਡ ਇੰਡੀਅਨ ਬ੍ਰਾਂਡਸ ਨੂੰ ਅਮੈਰੀਕਾ ਦੀ ਧਰਤੀ ਦੇ ਉੱਤੇ ਲੈ ਕੇ ਆਵਾਂ ਉਹਨੂੰ ਮੈਂ ਕੈਨੇਡਾ ਅਮੈਰੀਕਾ UK ਯੂਰੋਪ ਆਲ ਓਵਰ ਵਰਲਡ ਦੇ ਵਿੱਚ ਇਸ ਬ੍ਰਾਂਡ ਨੂੰ ਫੇਮਸ ਕਰਨਾ ਚਾਹੁੰਦਾ ਜੈਸਲਮੇਰ ਜਿਹੜੀ ਹੁਣ ਇਹਨਾਂ ਨੇ ਜਿਨ ਲਾਂਚ ਕੀਤੀ ਹੈ ਸਿੰਗਲ ਮਾਲਟ ਰਾਮਪੁਰ ਪਹਿਲਾਂ ਲਾਂਚ ਹੋ ਚੁੱਕੀ ਹੈ ਐਂਡ ਇਟ ਇਜ਼ ਗੋਇੰਗ ਵੈਰੀ ਗੁੱਡ ਸੋ ਨਾਓ ਹੀ ਇਜ਼ ਵੈਰੀ ਮੱਚ ਐਕਸਾਈਟਡ ਫੋਰ ਹਿਸ ਬ੍ਰਾਂਡ ਦੈਟ ਇਜ਼ Jaisalmer come on guys let's have introduction with all of us come on and this is just the beginning you know what this is just a start it's one of the thing and look at this how many of us are here you know it will go long way all the best to Bobby and definitely he worked very hard for this he deserves it all cheers ਸੋ ਤੁਸੀਂ ਐਕਸਾਈਟਮੈਂਟ ਲੈਵਲ ਇਸ ਪਾਰਟੀ ਦੇ ਵਿੱਚ ਵੇਖ ਸਕਦੇ ਹੋ ਦੀਪਕ ਭਾਜੀ ਨੂੰ ਸਪੋਰਟ ਕਰਨ ਦੇ ਲਈ ਇੱਥੇ ਹਰ ਕੋਈ ਪਹੁੰਚਿਆ ਹੈ ਉਹਨਾਂ ਦੇ ਫਰੈਂਡਸ ਬਹੁਤ ਐਕਸਾਈਟਮੈਂਟ ਲੈਵਲ ਇਸ ਟਾਈਮ ਅਸੀਂ ਵੇਖ ਪਾ ਰਹੇ ਹਾਂ ਅਤੇ ਜਿਹੜੀ ਜੈਸਲਮੇਰ ਔਰ ਜਿਹੜੀ ਰਾਮਪੁਰ ਸਿੰਗਲ ਮਾਲਟ ਲਾਂਚ ਹੋਈ ਹੈ ਉਹਨੂੰ ਲੈ ਕੇ ਐਵਰੀਵਨ ਇਜ਼ ਵੈਰੀ ਮੱਚ ਐਕਸਾਈਟਡ ਆਰ ਵੀ ਗਾਈਜ਼ ਐਕਸਾਈਟਡ ਸੋ ਇਸ ਬਿਜ਼ਨਸ ਆਫ ਦ ਵੀਕ ਦੇ ਸਫ਼ਰ ਦੇ ਵਿੱਚ ਇੱਕ ਸ਼ੈਫ ਨੇ ਸਾਡੇ ਨਾਲ ਬਹੁਤ ਜ਼ਿਆਦਾ ਐਕਸਾਈਟਡ ਨੇ ਸੈਲੀਬ੍ਰਿਟੀ ਸ਼ੈਫ ਨੇ ਔਰ ਅੱਜ ਉਹ ਵੀ ਇਸ ਪਾਰਟੀ ਦੇ ਵਿੱਚ ਪਹੁੰਚੇ ਹੋਏ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੀ ਇਸ ਲਾਂਚ ਪਾਰਟੀ ਦੇ ਵਿੱਚ ਔਰ ਬੋਬੀ ਭਾਜੀ ਦੇ ਲਈ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਕੁਨਾਲ ਹਾਊ ਯੂ ਡੂਇੰਗ ਗੁੱਡ ਸਤਿ ਸ਼੍ਰੀ ਅਕਾਲ ਸੋ ਵਟ ਯੂ ਹੈਵ ਟੂ ਸੇ ਫੋਰ ਬੋਬੀ ਭਾਜੀ ਐਂਡ ਫੋਰ ਦਿਸ ਲਾਂਚ ਪਾਰਟੀ ਟੂਡੇ ਸੀ ਜਿੰਨ ਅਤੇ ਹਿੰਦੁਸਤਾਨ ਦਾ ਬੜਾ ਪੁਰਾਣਾ ਇੱਕ ਸੰਬੰਧ ਹੈ ਜਿੰਨ ਐਂਡ ਟੋਨਿਕ ਵਾਜ਼ ਲਾਂਚਡ ਇਨ ਇੰਡੀਆ ਬਾਈ ਦ ਬ੍ਰਿਟਿਸ਼ ਐਂਡ ਜਿਨ ਇਜ਼ ਅ ਫੇਵਰਟ ਡਰਿੰਕ ਜਿਨ ਇਜ਼ ਮੇਕਿੰਗ ਅ ਕਮਬੈਕ ਹੁਣ ਵੋਡਕਾ ਨਹੀਂ ਪੀ ਰਹੇ ਲੋਕ ਜਿਹੜੇ ਕੂਲ ਲੋਕ ਨੇ ਉਹ ਜਿਨ ਪੀਂਦੇ ਨੇ ਦੈਟ ਇਜ਼ ਵਾਈ ਜੈਸਲਮੇਰ ਜਿਨ ਹੈਜ਼ ਬਿਨ ਲਾਂਚਡ ਬਾਈ ਰੈਡੀਕੋ ਖੈਤਾਨ ਇਨ ਇੰਡੀਆ ਐਂਡ SG ਵਰਲਡ ਵਾਈਡ ਇਜ਼ ਬ੍ਰਿੰਗਿੰਗ ਦੀਸ ਬ੍ਰਾਂਡਸ ਟੂ ਅਸ ਇਨ ਦ US ਗੋ ਟੂ ਅ ਪਾਰਟੀ ਨੈਕਸਟ ਟਾਈਮ ਮੇਕ ਸ਼ੋਰ ਯੂ ਆਰਡਰ ਅ ਜਿਨ ਐਂਡ ਨੋਟ ਅ ਵੋਡਕਾ ਅਤੇ ਜੈਸਲਮੇਰ ਜਿਵੇਂ ਵਿਰਾਸਤ ਜੈਪੁਰ ਦੇ ਅੰਦਰ ਹੈਗੀ ਹੈ ਜਿੱਥੇ ਰਾਜਾ ਮਹਾਰਾਜਾ ਉਸ ਟਾਈਮ ਜਿੰਦੇ ਸੀਗੇ ਅਤੇ ਇੱਕ ਰੋਇਲ ਜਿਹੜੀ ਫੀਲ ਆਉਂਦੀ ਹੈ ਉਹ ਤੁਹਾਨੂੰ ਆਏਗੀ ਜਿਵੇਂ ਤੁਸੀਂ 2 ਘੁੱਟ ਮਾਰੋਗੇ ਤਾਂ ਤੁਹਾਨੂੰ ਆਪਣੇ ਆਪ 'ਚ ਲੱਗੇਗਾ ਕਿ ਤੁਸੀਂ ਰਾਜਾ ਬਣ ਗਏ ਆਮ ਰਾਈਟ ਮੈਂ ਤਾਂ ਰਾਜਾ ਬਣਿਆ ਉਹ ਰਾਣੀਆਂ ਵੀ ਸਾਡੇ ਨਾਲ ਲੱਗੀਆਂ ਹੋ ਜੀ ਇਹ ਤਾਂ ਸੋਨੇ ਦਾ ਸੁਹਾਗਾ ਹੋ ਗਿਆ ਇਹ ਤਾਂ ਸੋਨੇ ਦਾ ਸੁਹਾਗਾ ਹੋ ਗਿਆ ਕਿ ਅਗਰ ਤੁਸੀਂ ਇਹ 2 ਘੁੱਟ ਮਾਰੋਗੇ ਤਾਂ ਤੁਸੀਂ ਰਾਜੇ ਬਣ ਜਾਓਗੇ ਭਾਜੀ ਤਾਂ ਪਹਿਲਾਂ ਹੀ ਮੈਂ ਰਾਣੀਆਂ ਲੈ ਕੇ ਘੁੰਮ ਰਹੇ ਨੇ ਨਾਲ ਸੋ ਵੀ ਆਰ ਐਕਸਾਈਟਡ ਫੋਰ ਦਿਸ ਸ਼ੋਅ ਐਂਡ ਵੀ ਆਰ ਐਕਸਾਈਟਡ ਫੋਰ ਬਿਜ਼ਨਸ ਆਫ ਦ ਵੀਕ ਵਿਦ ਵਨ ਐਂਡ ਓਨਲੀ ਬੋਬੀ ਭਾਜੀ ਸੋ ਬਿਜ਼ਨਸ ਆਫ ਦ ਵੀਕ ਦਾ ਸਫ਼ਰ ਜਾਰੀ ਹੈ ਲੇਕਿਨ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸੋ ਜੀ ਨਿਊ ਜਰਸੀ ਦੇ ਵਿੱਚ ਲੀਕਰ ਕਿੰਗ ਦੀ ਕਹਾਣੀ ਕਿਸ ਤਰੀਕੇ ਨਾਲ ਬਣੀ ਇੰਡੀਆ ਤੋਂ ਸਫ਼ਰ ਸ਼ੁਰੂ ਹੋਇਆ ਅਤੇ ਬੋਬੀ ਭਾਜੀ ਦਾ ਲੀਕਰ ਕਿੰਗ ਬਣਨ ਦਾ ਸੁਪਨਾ ਇਸ ਧਰਤੀ ਦੇ ਉੱਤੇ ਕਿਵੇਂ ਹੋਇਆ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੇ ਜ਼ਬਾਨੀ ਇਸ ਪ੍ਰੋਗਰਾਮ ਬਿਜ਼ਨਸ ਆਫ ਦ ਵੀਕ ਦੇ ਵਿੱਚ ਭਾਜੀ ਸਭ ਤੋਂ ਪਹਿਲਾਂ ਜਸਟ ਲੈਟ ਆਰ ਯੂ ਨੋ ਵਿਊਅਰਸ ਨੋ ਸ਼ੁਰੂਆਤ ਕਿਵੇਂ ਹੋਈ ਸਰ ਸ਼ੁਰੂਆਤ ਬਹੁਤ ਪਹਿਲੇ ਹੋ ਚੁੱਕੀ ਸੀ ਬੈਕ ਅਬਾਊਟ 20 ਈਅਰਸ ਅਗੋ ਜਿਸਲੇ ਮੈਂ ਲਿਕਰ ਇੰਡਸਟਰੀ 'ਚ ਵੜਿਆ ਜੋਬ ਕੀਤਾ ਸਾਡੇ ਗੁਰੂ ਬਰੂਸ ਨਿਊਮਨ ਨੇ ਸਾਨੂੰ ਬੜਾ ਕੁਝ ਸਿਖਾਇਆ ਉੱਥੋਂ ਸ਼ੁਰੂਆਤ ਹੋਈ ਫਿਰ ਲਿਕਰ ਸਟੋਰ ਲਿੱਤਾ ਫਿਰ ਉਹਦੇ ਬਾਅਦ ਕਿੱਥੇ ਜਾ ਕੇ 2011-2012 'ਚ ਮੈਂ ਸੋਚਿਆ ਕਿ ਯਾਰ ਸਾਰੀ ਦੁਨੀਆ ਦਾ ਪ੍ਰੋਡਕਟ ਅਸੀਂ ਵੇਚੀਦਾ ਸਾਡਾ ਪ੍ਰੋਡਕਟ ਕਦੀ ਕਦੋਂ ਅਸੀਂ ਉਹਨੂੰ ਕਦੀ ਅਸੀਂ ਮੇਨ ਸਟ੍ਰੀਮ 'ਚ ਲਿਆਵਾਂਗੇ ਯੂ ਨੋ ਅਤੇ ਉਸ ਵੇਲੇ ਥੋਟ ਦਿਮਾਗ 'ਚ ਆਇਆ ਔਰ ਸੋਚਣਾ ਸ਼ੁਰੂ ਕੀਤਾ ਔਰ ਐਂਡ ਉਸ ਵੇਲੇ ਜਾ ਕੇ ਮੈਨੂੰ ਜਿੱਦਾਂ ਰੈਡੀਕੋ ਖੇਤਾਨ ਜਿਹੜੀ ਸਭ ਤੋਂ ਨੰਬਰ 1 ਕੰਪਨੀ ਇੰਡੀਆ 'ਚ ਹੈ ਉਹਨਾਂ ਦੇ ਪ੍ਰੋਡਕਟਸ ਸਾਨੂੰ ਨਜ਼ਰ ਆਏ ਜੋ
दुनिया च टक्कर च है उतों लग्या कि यार ए प्रोडक्ट्स लैके जानी है और इनू अमेरिका के अंदर कैनेडा के अंदर असी नंबर वन बनाना है। जैसलमेर का जो नाँ है किमें आया सर? जैसलमेर अगेन आई वॉन्ट बी ऑनस्ट दैट आई एम मैं ब्रांड ओनर नहीं है सर। मैनू ऑफिशियल राइट्स हैं US के अंदर और कैनेडा के अंदर जो कंपनी ओनर्स है वो रेडिको खतान जोड़ी कंपनी है अभिषेक खतान वन ऑफ द ओनर्स मैनेजिंग डायरेक्टर्स उन्होंने ब्रांड्स बनाए हैं। उन्होंने शुरुआत की 1998 8 PM विस्की तो जोड़े ब्रांड उन्होंने बनाने शुरू किए उस बाद 8 आफ्टर डार्क बनाई उन्होंने फिर मैजिक मोमेंट्स वॉडका जो बड़ी पॉपुलर हुई वो अगे जाके उन्होंने रामपुर सिंगल मॉन्ट लॉन्च की जड़ी आज दुनिया के अंदर नंबर 5 ते आंदी है। रामपुर इंडियन सिंगल मॉल विस्की हैज़ बिकम नंबर 5 इन द टॉप 5 विस्कीज ऑफ द वर्ल्ड। मैं अपने दर्शकों को दस दवा कि रामपुर जी सिंगल मॉल्ट विस्की है वो टॉप 5 दे विच अपना नाम दर्ज करवाउंदी है तो तुम जरूर एक बार टेस्ट करके वेखियो। जेकर तुहानू इहदी डिस्ट्रीब्यूशन चाहिए है तो उन्होंने राइट्स जोड़े ने बॉबी भाजी के कोल ने जोड़ा थले नंबर चल रहा है बॉबी भाजी का इस नंबर के उत्ते कॉल कर लो और जी ईमेल चल रही है वो तुम मेल भी भेज सकते हो या फिर तुम इन्हों की वैबसाइट जी थले चल रही है उन्होंने भी चैक कर सकते हो। भाजी एस जी वर्ल्ड वाइड यदि फुल फॉर्म की हुई सर? एस जी वर्ल्ड वाइड बेसिकली टुक बर्थ वैन आई डिसाइडेड कि मैं जल्द डिसाइड किया मैं अपनी कंपनी फॉर्म कराँगा और इंपोर्ट कंपनी खोलाँगा तो एस जी वर्ल्ड वाइड ऑफकोर्स फुल फॉर्म बेसिकली कैन गो बैक। सब तो ज़्यादा क्रैडिट मैं सब तो पहला क्रैडिट ऑफकोर्स अपनी वाइफ में दवाँगा जिदा ना मैं सुन लिया ना तो उन्होंने बहुत तारी तारीफ की तो सुनीता गर्ग मैं ऑफकोर्स सब तो ज़्यादा आज जो भी उन्होंने बुदालत दिया एक सक्सैसफुल मैन के पिछे एक वूमेन का हाथ होंगे तो यह गल उ भी जमी है 101% सर मैं जो भी हाँ अज वो करके हाँ 101% वो अंदर कोई खोट नहीं है और आई कैन ऑलवेज से एनीथिंग एंड एवरीथिंग अबाउट इट बट एस जी वर्ल्ड वाइड बेसिकली कम्स फ्रॉम सुनीता गर्ग माई ओल्डेस्ट सन श्लोक गर्ग एंड माई यंगर सन शबद गर्ग। दर्शकों मैं हमेशा तुहानू फैमिली यूनिटी दिखाऊंगा अज भी इस बिजनेस ऑफ द वीक दे विच एक यूनिटी सानू वेखन नू मिल रही है कि जब फैमिली कट्ठे चलती है तो राइस तो करती है और उस तो बाद अपने बिजनेस नू भी चमकाउंदी है अपने बिजनेस नू भी नवा मुकाम हासिल करवाउंदी है तो यही स्टोरी बॉबी भाजी की भी इत्थे दस रही है कि एस जी वर्ल्ड वाइड जो उन्हां दी एक कंपनी है इन्होंने अपनी वाइफ के नाते रखी है जिन्हों का नाम है सुनीता गर्ग और सुनीता गर्ग यानी कि इन्हों की वाइफ नू वो बहुत थैंक यू करते हुए नज़र आ रहे हैं धन्यवाद करते हुए नज़र आ रहे हैं। शमशेर भाजी मेरे नाल ने जो कि बखूबी इन्हों का साथ निभाते हैं जानने की कोशिश करते हैं कि शमशेर भाजी बॉबी भाजी बारे की दसना चाहते हैं। बॉबी भाजी जिदा अपने कंपनी के CEO ने इन्हों के अंडर असं काम करते हैं तो आप जो कट्ठे कंपनी को ले जा के इस मुकाम से लेके जाना चाहते हैं जितने असं रामपुर पहुंची उत्तर हम असं जैसलमेर भी लैके जाना चाहते हैं वो इन्हों काम करके सूँ बहुत चंगा लग रहा है एक फैमिली तरह अपना माहौल है कंपनी के अंदर जिदा जिदा आप कंपनी लैके जा रहे हैं दोनों आपक नाल चलते हैं। अकबर के नाल तुसी बीरबल सुनिया सी जो कि उहदी पूरी विरासत नूं उत्ते लैके गया सी ते अकबर आ खड़िया जी बीरबल आ नाल खड़िया सो यानी कि दोवें लीकर किंग जिहड़े न्यू जर्सी दे विच बॉबी भाजी नूं सपोर्ट करते हुए हर कोई इत्थे नज़र आ रहा है। मैं खुद दर्शकों नूं दसना भी चाहवांगा इत्थे उहनां दे फैमिली फ्रेंड्स भी बॉबी बॉबी करते हुए नहीं थक रहे क्योंकि कुछ ना कुछ तो बॉबी के अंदर होएगा जो अज उन्हां दा इंडिया तो जिहड़ा सफ़र शुरू होया सीगा अज वो न्यू जर्सी दे विच लीकर किंग बनन की तस्दीक दिंदा। मैं सीगा वीडियो जर्नलिस्ट दलवीर सिंह दे नाल हरकीरत सिंह आलूवालिया बिजनेस ऑफ द वीक दे लई। सो जिवें मैं तुहानू बॉबी भाजी बारे दस रहा उन्हां दा जिहड़ा सुपना सीगा कि मैं इस धरती दे उत्ते आ के अपना नाँ रोशन करना है लीकर दे विच जो कि उन्होंने करके भी विखाया कहिंदे सुपने जिहड़े ने ओह आंदे ते ने रात नू लेकिन पूरे भी होंदे ने इह ओही धरती है जिथे तुसी अपने सुपनियां नू पूरा कर सकदे हो लैंड ऑफ ओपरचुनिटी नू मनिया जांदा है। अज उसी गल नू लैके असी बॉबी भाजी दे नाल बिजनेस ऑफ द वीक तक कर रहे हैं लेकिन उन्हां दे जिहड़े फ्रेंड्स ने फैमिली फ्रेंड्स ने ओह की कुछ कहना चाहुंदे हन। हाय व्हाट्स योर नेम? Manoda Chauhan and I'm from Jaisalmer is originating from. Oh, there you can see Maharani is with me from Jaisalmer. Okay, I would like to know about Bobby him. He calls us, we come back here. Bobby's invitation, we are here to celebrate Rampur, Jaisalmer, where I'm from, Rajasthan. So, cheers to Bobby. Thank you. ਤੁਸੀਂ ਵੇਖ ਸਕਦੇ ਹੋ ਕਿ ਬੌਬੀ ਬੌਬੀ ਹੋਈ ਪਈ ਹੈ ਮੇਰੇ ਨਾਲ ਹੋਰ ਵੀ ਕਈ ਫੈਮਿਲੀ ਫਰੈਂਡਸ ਹਨ ਉਹਨਾਂ ਦੇ ਨਾਲ ਵੀ ਆਪਾਂ ਤੁਹਾਨੂੰ ਮੁਖਾਤਿਬ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਬੌਬੀ ਭਾਜੀ ਨੂੰ ਸਪੋਰਟ ਕਰਨ ਦੀ ਇੱਥੇ ਪਹੁੰਚੇ ਹੋਏ ਹਨ। ਭਾਜੀ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜੀ? ਵੈਰੀ ਨਾਈਸ, ਹਾਊ ਅਬਾਊਟ ਯੂਰਸੈਲਫ? ਗੁੱਡ, ਵੈਰੀ ਗੁੱਡ। ਜਸਮੀਤ ਸਾਨੀ। ਜਸਮੀਤ ਭਾਜੀ, ਵੇਅਰ ਆਰ ਯੂ ਫਰੋਮ?
Originally from Delhi, but here in New Jersey for 30 years now. 30 years. So, Liquor King di kahani main tode muh to sunna chahunda. And what do you want to say for Bobby Paji? Bobby started in the industry way longer than I have. Main kafi time to is business vich khud aayega, but actually learned a lot of things from him. I actually am blessed to represent his brand as a wholesaler in New Jersey. Well, we have a Liquor King, then we have a Liquor Singh here. Let's talk about let's talk about Liquor Singh for Liquor King. Bobby actually and I started together a long time ago. I actually learned a lot from on the business with Bobby, and Bobby brought this product starting with Rampur Magic Moments to a company that we all work with called R&R Marketing, now called Allied Beverage, and we're the local wholesaler in New Jersey. We supply these products. Luckily, we are blessed to have these products as exclusive. So we have these products. This is going to be launching soon, right, Bobby? When's this coming out? February. February. This is an extension? February 2019, yeah. February? It's an extension of Rampur, yes. So it's a new product of Rampur which is coming out. This is what I'm excited about. I love gin, but, you know, being Punjabi, I love whiskey, right? Yeah. So, ji, kukkad shukkad, te naal hun tuhanu ghabraun di lod nahi. Single malt de vich tuhada khud da aap da. ਆਪਣਾ ਬ੍ਰਾਂਡ ਆ ਚੁੱਕਿਆ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਰਾਮਪੁਰ ਰਾਮਪੁਰ ਸੋ ਜਦ ਗੱਲ ਪਾਰਟੀ ਦੀ ਆਉਂਦੀ ਹੈ ਔਰ ਜਦ ਗੱਲ ਭੰਗੜੇ ਪਾਉਣ ਦੀ ਆਉਂਦੀ ਹੈ ਤਾਂ ਫਿਰ ਦਸਤਾਰਾਂ ਤਾਂ ਵੈਸੀ ਦਿਖਦੀਆਂ ਅਤੇ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਮਿੱਕੀ ਚੱਡਾ ਹੂ ਇਜ਼ ਦੀ ਵਰਸਟਾਈਲ ਪਰਸਨੈਲਿਟੀ ਇਨ ਨਿਊਯਾਰਕ ਐਂਡ ਲੈਟ ਮੀ ਇੰਟਰੋਡਿਊਸ ਯੂ ਮਿੱਕੀ ਚੱਡਾ ਐਂਡ ਵਾਟ ਯੂ ਹੈਵ ਟੂ ਸੇ ਫੋਰ ਬੋਬੀ ਭਾਜੀ ਭਾਜੀ ਵੈਲਕਮ ਔਨ ਆਰ ਸ਼ੋਅ ਬਿਜ਼ਨਸ ਆਫ ਦ ਵੀਕ ਗਾਇਜ਼ ਯੂ ਨੋ ਆਨੈਸਟ ਗਾਡ This is way too much of credit that I due. But the party tonight is for man Bobby Gurd. He's the party man for the night. Not only does he a party man, the alcohol that he promotes does almost awesome. Punjabi ch kehnde surur ho janda. Main ida ikko ch gal kaise na balle balle. Eh balle balle jehdi kara rahi hai, eh koi hor nahi. Jaisalmer gin jehdi eh India to liandi gayi hai international platform de utte. Ta tusi vi do kut maro, aa reha break to us paar. Good evening everyone, welcome to this holiday party celebrating Jaisalmer, Rampur, friendship and everything nice in the world. Got into around 20 states and Bobby's maintaining this. When I sort of retired at the end of 2017, Mr. Shamshir Singh, Shammy as we call him, was introduced to us and we took him out for a couple of months and trained him in the industry. And between he and Bobby, they are conquering the world. And just want to say how proud I am and how thrilled I am to be here. And God bless you all. I'm very grateful tonight that all of you have, you know, accepted our invite and are here today with this busy time, holiday season where everybody is with their family, and you really pulled out some of the time to make time for us. So thank you very much. Appreciate it. Guys, this party is getting hot, lekin hun apa tuhanu business of the week de vich ek vari zarur dass diye ki aakhirkar is pure safar nu jive Bobby Paji ne pura kita, lekin koi na koi ta hunda jo shuruaat de vich support karda hai. So we have Bruce, Bobby Paji gonna introduce about Bruce, what kind of contribution Bruce to have for SG Worldwide. Bruce has been practically a father figure, a boss, a guru, whatever you can call it. I think about 23 years ago, right? Bruce hired me. He gave me my first job in the liquor industry. And I think that's where the whole cycle started. Bruce is not just a boss, not just an employer who employed me and just gave me a job. Bruce actually taught me, trained me the industry. He really gave me the right ingredients
the right ingredients which make you a perfect businessman. So definitely as a father figure, when I left my dad at the age of 20, who's in India, I felt that this was the man who trashed. Basically, or menu ek vision dasi ke liquor industry, what it is, and that's what I learned from him and kind of brought me where I am today. Dosto, ohi hunda hai ki jad aapa is dharti de utte aane aa sada koi na koi godfather hunda hai jo sanu sikhaunda hai aur sanu dasda hai ki assi is dharti de utte kivein agge vadna hai. Ta Bruce ana de fatherly figure hage han, lekin hun Bruce to jaan di koshish karde ha. What he have to say for Bobby? Well, all I can say, not all I can say, but 20 some odd years ago when I first met Bobby, I saw in him an enthusiasm, a confidence, and someone who wanted to be put in the right direction. And it just happened, it seemed to happen so quickly in like 20 years. When we worked together at the beer distributor, we became friendly. We also went out together and we sort of learned the industry together. I was in the liquor industry, didn't know much about beer, but I knew how to sell. We knew how to talk to people. We knew how to present ourselves. And I guess it rubbed off. And then years later, in like around 2000, the end of 2013, I started to talk to Bobby and he had decided that he wanted to import products from India. And he asked me to help him at the beginning. And I said, of course. Now, I've never seen someone with the enthusiasm, the confidence in himself and in his abilities. And this is what he projects to the customer. It shows how sure he is of himself and how sure he is of his products, that the customer grasps this and buys it and then buys into what they have to do to help Bobby. So to say I'm proud is not to say enough. To say I'm happy is not to say enough. It's just that I think everything has worked out for the best, but there's only one person who has caused it, and that's Bobby, with the way he is and the way he just acts with people and his knowledge of the industry. ਤਾਂ ਉਹ ਡਾਇਮੰਡ ਮਰਚੈਂਟ ਨਹੀਂ ਦੱਸ ਸਕਦਾ ਅਤੇ ਮੈਨੂੰ ਲੱਗਦਾ ਇਹਨਾਂ ਦੇ ਬਾਰੇ ਬਿਹਤਰ ਜਿਹੜੇ ਨੇ ਉਹਨਾਂ ਦੇ ਫਾਦਰਲੀ ਫਿਗਰ ਬਰੂਸ ਜਾਣਦੇ ਹਨ ਜੋ ਕਿ ਦੱਸਿਆ ਕਿ ਵਾਕਈ ਹੀ ਬੌਬੀ ਭਾਜੀ ਦੇ ਅੰਦਰ ਕੁਆਲਿਟੀ ਹੈ ਜੋ ਅੱਜ ਇਹਨਾਂ ਨੂੰ ਇਸ ਮੁਕਾਮ ਦੇ ਵਿੱਚ ਲੈ ਕੇ ਗਈ ਹੈ ਜਿੱਥੇ ਆਪਾਂ ਬੜੇ ਹੀ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਬੌਬੀ ਇਜ਼ ਆ ਲੀਕਰ ਕਿੰਗ ਆਫ ਨਿਊ ਜਰਸੀ ਐਂਡ ਨਾਓ ਇਹਨਾਂ ਦਾ ਸੁਪਨਾ ਹੈਗਾ ਲੀਕਰ ਕਿੰਗ ਜਿਹੜੇ ਨੇ ਹੁਣ ਇਹ ਵਰਲਡ ਵਾਈਡ ਦੇ ਵਿੱਚ ਲੀਕਰ ਕਿੰਗ ਬਣਨਾ ਚਾਹੁੰਦੇ ਹਨ ਉਹਦਾ ਸਾਰਾ ਕ੍ਰੈਡਿਟ ਦਿੰਦੇ ਹਨ ਲੀਕਰ ਕੁਈਨ ਨੂੰ ਜੋ ਕਿ ਹੈ ਸੁਨੀਤਾ ਗਰਗ ਆਈ ਐਮ ਰਾਈਟ ਦੈਟਸ ਵਾਈ ਇਹ ਨਾਂ ਜਿਹੜਾ ਰੱਖਿਆ ਗਿਆ ਐਸ ਜੀ ਵਰਲਡ ਵਾਈਡ ਜੈਸਲਮੇਰ ਰੌਕਸ ਵੀ ਆਰ ਵੈਰੀ ਪ੍ਰਾਊਡ ਆਫ ਬੌਬੀ ਹੀ ਇਜ਼ ਡਨ ਸੱਚ ਹਾਰਡ ਵਰਕ ਐਂਡ ਵੀ ਆਰ ਸੋ ਪ੍ਰਾਊਡ ਆਫ ਦ ਡੇ ਦਿਸ ਡੇ ਹੈਜ਼ ਕਮ ਦੈਟ ਹੀ ਹੈਜ਼ ਅਚੀਵਡ ਸੋ ਮਚ ਐਂਡ ਵੀ ਵਾਂਟ ਟੂ ਕੰਗ੍ਰੈਚੁਲੇਟ ਹਿਮ ਐਂਡ ਸੁਨੀਤਾ ਗਰਗ ਦੇ ਹੈਵ ਵਰਕਡ ਵੈਰੀ ਹਾਰਡ ਐਂਡ ਵੀ ਸੇ ਗੋ ਬੌਬੀ ਜੈਸਲਮੇਰ ਰੌਕਸ ਜੈਸਲਮੇਰ ਰੌਕਸ Thanks to Bobby and Sunita, we get to have Jaisalmer Rampur Sherry here with us today. We're celebrating their launch. It's a great drink, so enjoy. Happy holidays. Jaisalmer rocks! For sure! Jaisalmer rocks! Rampur. We love it! We love it! Gin. This is a very smooth, delicious, very easy drinking. It's a great night. Bobby rocks. Jaisalmer rocks. Bobby rocks! Rampur! PX is the best whiskey ever. So business of the week ਦੇ ਅਖੀਰਲੇ segment ਦੇ ਵਿੱਚ ਹਮੇਸ਼ਾ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਉਂਦੇ ਹਾਂ ਜਿਨ੍ਹਾਂ ਦੇ ਨਾਲ ਆਪਾਂ business of the week ਕਰ ਰਹੇ ਹਾਂ ਯਾਨੀ ਕਿ ਲੀਕਰ ਕਿੰਗ ਬੌਬੀ ਭਾਜੀ ਨਾਲ ਆਪਾਂ ਅੱਜ business of the week ਕੀਤਾ ਲੇਕਿਨ ਉਹਨਾਂ ਦੇ ਪਿਲਰਸ ਕੌਣ ਹਨ ਉਹਨਾਂ ਨੂੰ ਸਟਰੈਂਥ ਕਿਵੇਂ ਮਿਲੀ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ ਇੱਕ ਵਾਰੀ ਉਹਨਾਂ ਨਾਲ ਵੀ ਮੈਂ ਤੁਹਾਨੂੰ ਮੁਖਾਤਿਬ ਕਰਾ ਦਾਂ ਤੁਸੀਂ ਉਹਨਾਂ ਬਾਰੇ ਸੁਣ ਤਾਂ ਚੁੱਕੇ ਹੋ ਲੇਕਿਨ ਅੱਜ ਉਹ ਸਾਰੇ ਨਾਲ ਖੜੇ ਹਨ ਉਹ ਪੂਰਾ ਪਿਲਰ ਜੋ ਕਿ ਇੱਕ ਫੈਮਿਲੀ ਹੁੰਦੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਸਭ ਤੋਂ ਪਹਿਲਾਂ ਬੌਬੀ ਭਾਜੀ ਤੋਂ ਕਿੰਨਾ ਮਾਣ ਮਹਿਸੂਸ ਕਰਦੇ ਹਨ ਆਪਣੀ ਫੈਮਿਲੀ ਦੇ ਨਾਲ ਰਹਿ ਕੇ ਦਿਸ ਇਜ਼ ਮਾਈ ਸਟਰੈਂਥ ਇਹ ਮੇਰੀ ਦੁਨੀਆ ਹੈ ਜੋ ਵੀ ਹੈ ਇਹ ਸਭ ਕੁਝ ਇੱਥੇ ਹੈ ਮਾਂ ਪਿਓ ਦਾ ਆਸ਼ੀਰਵਾਦ ਹੈਗਾ ਹੀ ਹੈ
ਬਟ ਸਾਰਾ ਮੇਰਾ ਜੋ ਪਰਿਵਾਰ ਹੈ ਤੁਹਾਡੇ ਸਾਹਮਣੇ ਇਸ ਵੇਲੇ ਖੜਾ ਹੈ ਦਿਸ ਇਜ਼ ਮਾਈ ਐਸ ਜੀ ਵਰਲਡ ਵਾਈਡ ਵੀ ਹੈਵ ਟੂ ਸੇ ਫਿਊ ਵਰਡਸ ਫੋਰ ਦੀਪਕ ਬੋਬੀ ਪਾਜ ਸ਼ਬਦ ਗਾਰਗ ਸੁਨੀਤਾ ਗਾਰਗ ਸ਼ਲੋਕ ਗਾਰਗ ਸਲੇਵ ਗਾਰਗ ਵਾਓ ਸਲੇਵ ਗਾਰਗ ਸੋ ਇਸ ਤੋਂ ਵੱਡੀ ਉਪਲਬਧੀ ਨਹੀਂ ਮਿਲ ਸਕਦੀ ਜਦ ਫੈਮਲੀ ਦੇ ਵਿੱਚ ਰਲ ਕੇ ਕੰਮ ਹੁੰਦਾ ਤਾਂ ਯੂਨਿਟੀ ਉੱਥੇ ਹੀ ਦਿਖਾਈ ਦਿੰਦੀ ਹੈ ਪਾਵਰ ਉੱਥੇ ਹੀ ਦਿਖਾਈ ਦਿੰਦੀ ਹੈ ਜਦ ਫੈਮਲੀ ਨਾਲ ਕੰਮ ਕਰਦੀ ਹੈ ਨਾ ਤਾਂ ਫਿਰ 1 2 3 4 5 6 7 ਅਣਗਿਣਤ ਜਿਹੜੀ ਹੈ ਉਹ ਕਾਊਂਟਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਸ਼ਬਦ ਤੋਂ ਪੁੱਛ ਲੈਂਦੇ ਹਾਂ ਇੱਕ ਵਾਰੀ ਵਟ ਯੂ ਹੈਵ ਟੂ ਸੇ ਫੋਰ ਹਿਸ ਡੈਡ Yeah, I'm just so happy to be a part of something so great at the center, something so great. I'm so proud of my dad, Bobby, and my mom, Sunita, for, you know, bringing something so great like this together, and I'm just happy to be here. Sona Munda, ਇੱਥੇ ਤੇ ਹੈ ਹੁਣ ਜੋ ਕਿ ਬ੍ਰਾਂਡ ਐਂਬੈਸਡਰ ਵੀ ਬਣ ਚੁੱਕੇ ਹੈ ਜੈਸਲਮੇਰ ਦਾ ਇੱਕ ਮੇਰੇ ਨਾਲ ਸੋਹਣਾ ਮੁੰਡਾ ਹੋਰ ਖੜਿਆ ਜੋ ਉਹਨਾਂ ਦਾ ਵੱਡਾ ਮੁੰਡਾ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਬਾਰੇ ਵੀ What do you have to say for your dad and for your mom? I'm so proud of my dad. I'm proud of our family in a unit because we are a unit and we do this all together, you know? And it's nothing without us all together. So I'm proud of all of us together. ਤਾਂ ਤੁਸੀਂ ਵੇਖ ਸਕਦੇ ਹੋ ਕਿ ਇਕੱਠੇ ਰਹਿ ਕੇ ਕੁਝ ਹੋ ਸਕਦਾ ਅੱਜ ਹੈ ਉਹੀ ਫੈਮਿਲੀ ਹੈ ਜੋ ਇੱਕ ਸੁਨੇਹਾ ਦੇ ਰਹੀ ਹੈ ਅੱਜ ਹੈ ਉਹੀ ਫੈਮਿਲੀ ਹੈ ਜੋ ਇੱਕ ਪੈਗਾਮ ਪਹੁੰਚਾ ਰਹੀ ਹੈ ਵਰਲਡ ਵਾਈਡ ਦੇ ਵਿੱਚ ਜੇ ਤੁਸੀਂ ਰਲ ਜਾਓਗੇ ਇਕੱਠੇ ਮਿਲ ਜਾਓਗੇ ਭਾਵੇਂ ਕੋਈ ਵੀ ਬਿਜ਼ਨਸ ਹੋਵੇ ਤੁਸੀਂ ਬੁਲੰਦੀਆਂ ਛੂ ਸਕਦੇ ਹੋ ਲੇਕਿਨ ਤੁਹਾਨੂੰ ਹੋਣਾ ਪਏਗਾ ਯੂਨਾਈਟ ਇਹੀ ਤਾਂ ਸਾਡੇ ਪ੍ਰੋਗਰਾਮ ਦਾ ਟੀਚਾ ਵੀ ਹੈ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਭਾਜੀ ਨੂੰ ਜ਼ਰੂਰ ਕਾਲ ਕਰਨਾ ਹੈ ਔਰ ਇਹਨਾਂ ਦਾ ਜਿਹੜਾ ਇਹ ਬ੍ਰਾਂਡ ਹੈ ਅਗਰ ਤੁਸੀਂ ਚਾਹੁੰਦੇ ਹੋ ਉਹਦੀ ਡਿਸਟ੍ਰੀਬਿਊਸ਼ਨ ਆਪਣੇ ਸ਼ਹਿਰ ਦੇ ਵਿੱਚ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਇਸ ਨੰਬਰ ਦੇ ਉੱਤੇ ਜੋ ਕਿ ਬੋਬੀ ਭਾਜੀ ਦਾ ਡਾਇਰੈਕਟ ਨੰਬਰ ਹੈ ਯੂ ਕੈਨ ਕਾਲ ਹਿਮ ਐਂਡ ਯੂ ਕੈਨ ਆਸਕ ਫੋਰ ਦੀ ਡਿਸਟ੍ਰੀਬਿਊਸ਼ਨ ਐਂਡ ਯੂ ਕੈਨ ਆਸਕ ਫੋਰ ਦੀ ਬਿਜ਼ਨਸ ਆਲਸੋ ਬਿਕੋਜ਼ ਦਿਸ ਇਜ਼ ਯੋਰ ਸ਼ੋ ਬਿਜ਼ਨਸ ਆਫ ਦਾ ਵੀਕ ਵਿਦ ਵੀਡੀਓ ਜਰਨਲਿਸਟ ਦਲਵੀਰ ਸਿੰਘ ਹਰਕੀਰਤ ਸਿੰਘ ਆਲੂਵਾਲੀਆ ਸਤਿ ਸ਼੍ਰੀ ਅਕਾਲ ਜਿੰਦਾਬਾਦ ਔਰ ਹਮੇਸ਼ਾ ਮੁਸਕਰਾਉਂਦੇ ਰਹੋ